ਹਾਂ ਜੀ, ਇੱਕ ਵਾਰ ਫਿਰ ਮੈਂ ਬਾਬਾ ਜੀ ਦਾ ਉਲਟਾ ਆਸਰਾ ਲੈ ਕੇ ਸਬਜ਼ੀ ਦੇ ਰੂਬਰੂ ਹੋਣ ਜਾ ਰਿਹਾ ਹਾਂ ਜੀ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ। ਆਪ ਸਭ ਜੀ ਨੂੰ ਲੱਖ ਲੱਖ ਵਧਾਈ ਜੀ। ਦੂਸਰੀ ਗੱਲ ਇਹ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੇਲ ਲੱਗੀ ਹੋਈ ਹੈ, ਸੇਲ ਸਪਤੰਬਰ 1 ਸਪਤੰਬਰ ਤੋਂ ਲੈ ਕੇ 15 ਸਪਤੰਬਰ ਤੱਕ ਹੈ, ਜੋ ਕਿ ਬਹੁਤ ਹੀ ਜ਼ੋਰਾਂ ਸ਼ੋਰਾਂ ਨਾਲ ਚੱਲਦੀ ਪਈ ਹੈ, ਬਹੁਤ ਵਧੀਆ ਰਿਸਪੋਂਸ ਮਿਲ ਰਿਹਾ। ਵਿਆਹ ਸ਼ਾਦੀ ਦੀ ਫੈਂਸੀ ਆਈਟਮਾਂ ਲਾਈਆਂ ਹੋਈਆਂ, ਨੋਰਮਲ ਰੇਂਜ ਵਾਲੀ ਵੀ ਆਈਟਮਾਂ ਲਾਈਆਂ ਹੋਈਆਂ ਨੇ, ਅਤੇ ਬਹੁਤ ਕੁਛ ਹੈ ਜੀ ਵੀਡੀਓ ਦੇ ਵਿੱਚ। ਇਸ ਸੇਲ ਦੇ ਵਿੱਚ ਤੁਸੀਂ ਆਓਗੇ ਸ਼ੋਪ 'ਤੇ, ਤੁਸੀਂ ਆਪ ਕਹੋਗੇ ਕਿ ਮਜ਼ਾ ਆ ਗਿਆ ਜੀ ਦੁਕਾਨ 'ਤੇ ਆ ਕੇ। ਅਤੇ ਹੁਣ ਆਪਾਂ ਵੀਡੀਓ ਦੀ ਸਟਾਰਟਿੰਗ ਕਰਦੇ ਅਤੇ ਤੁਹਾਨੂੰ ਇੱਕ ਤੋਂ ਇੱਕ ਵਧੀਆ ਆਈਟਮ ਬਿਲਕੁਲ ਹੀ ਘੱਟ ਰੇਟਾਂ ਉੱਤੇ ਦਿਖਾਉਂਦੇ ਹਾਂ ਜੀ। ਚਲੋ ਕਰੀਏ ਸਟਾਰਟ ਆਰਟੀਕਲ। ਹਾਂਜੀ 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 ਭਾਅ ਜੀ, ਇਹ ਖੁਫੀਆ ਕਾਪੀ ਹੈ। ਇਹ 'ਚ ਜਿਵੇਂ ਕਹਿੰਦੇ ਨਾ, ਤੋਤੇ ਵਿੱਚ ਜਿਹੜਾ ਹਾਜ਼ਰੀ ਜਾਨ ਵਸਦੀ ਉਹ ਵਿੱਚ ਮੇਰੀ ਜਾਨ ਵਸਦੀ ਹੈ। ਇਹ 'ਚ ਸਾਰਾ ਕੁਝ ਲਿਖਿਆ ਹੋਇਆ ਮੇਰਾ। ਲਿਆਓ ਸਭ ਤੋਂ ਪਹਿਲਾਂ ਆਰਟੀਕਲ ਤੁਹਾਨੂੰ ਦਿਖਾਉਣਾ। ਦੇਖੋ ਕਿੰਨਾ ਸੋਹਣਾ ਜਕਾਰਡ ਦੇ ਉੱਤੇ, ਸਭ ਤੋਂ ਵੱਡੀ ਗੱਲ ਜਿਹੜਾ ਕੱਪੜਾ ਹੈ ਨਾ ਜੀ, ਕੱਪੜਾ ਬਹੁਤ ਹੀ ਪਿਆਰਾ ਪੀਸ ਦਾ। ਦਿਖਾਓ ਜੀ ਪੀਸ, ਕਲੋਜ਼ ਅਪ ਤੋਂ ਦਿਖਾਇਓ ਕਿੰਨਾ ਹੀ ਪਿਆਰਾ ਪੀਸ ਹੈ ਜੀ। ਇਹ ਦੇਖਿਓ ਗਲੇ ਤੇ, ਦੇਖੋ ਕਿੰਨਾ ਸੋਹਣਾ ਕੰਮ ਪੀਸ ਦੇ, ਕਿੰਨੀ ਸੋਹਣੀ ਸਰਵੋਸਿਕੀ ਨਾਲ ਪੱਲਾ ਵੀ ਪੀਸ ਦਾ ਬਹੁਤ ਸੋਹਣਾ ਬਣਿਆ ਹੋਇਆ ਜੀ। ਵਾਕਈ ਬਹੁਤ ਹੀ ਖੂਬਸੂਰਤ ਪੱਲਾ, ਬਿਲਕੁਲ ਅਲੱਗ ਜਿਹਾ ਕਨਸੈਪਟ ਹੈ, ਸਰਦਾਰੀ ਜਿਹਾ ਪੀਸ ਹੈ, ਨਾਲ ਦੁਪੱਟਾ, ਦੁਪੱਟਾ ਵੀ ਬੜਾ ਪਿਆਰਾ ਜੀ। ਤੁਹਾਡੀ ਆਪਣੀ ਇੱਛਾ ਪੀਸ ਥੱਲੇ ਲਾਈਨਿੰਗ ਲਾਣੀ ਹੈ ਲਗਾਓ, ਨਹੀਂ ਲਗਾਉਣੀ ਨਾ ਲਗਾਓ, ਪੀਸ ਬਹੁਤ ਆਰਾਮ ਨਾਲ ਬਣੇਗਾ ਜੀ। ਆਹ ਪੀਸ ਦਾ ਇਹ ਦੇਖਿਓ, ਹੁਣ ਇਹਦੇ ਵਿੱਚ ਕਲਰ ਚਾਰਟ ਤੁਹਾਨੂੰ ਚੈੱਕ ਕਰਵਾਉਣਾ, ਕਿੰਨਾ ਸੋਹਣਾ ਪੀਸ ਵਿੱਚ ਤੁਹਾਨੂੰ ਮਿਲੇਗਾ ਜੀ ਕਲਰ। ਪਾਰਟੀ ਵੀਅਰ ਆਰਟੀਕਲ ਸੇ ਸ਼ੁਰੂਆਤ ਕਰ ਰਹੇ ਹਾਂ ਜੀ ਅੱਜ ਕੇ ਇਸ ਵੀਡੀਓ ਕੀ, ਔਰ ਕਲਰ ਚਾਰਟ ਦੇਖਿਓ ਵਿਅਰਸ, ਕਲਰ ਚਾਰਟ ਤੁਹਾਨੂੰ ਸਾਰਾ ਜੈਂਟ ਵੀ ਮਿਲੇਗਾ। ਜਿਵੇਂ ਆਹ ਤੁਸੀਂ ਦੇਖਿਆ ਮਹਿੰਦੀ ਕਲਰ, ਹਾਂਜੀ, ਆਹ ਤੁਸੀਂ ਦੇਖਦੇ ਪਏ ਲਵੈਂਡਰ ਕਲਰ ਜੀ, ਆਹ ਦੇਖੋ ਆ ਗਿਆ ਜੀ ਮਸਟਰਡ ਕਲਰ, ਮਸਟਰਡ ਆ ਗਿਆ ਜੀ, ਮਸਟਰਡ ਕਲਰ ਦੇਖੋ ਕਿੰਨਾ ਸੋਹਣਾ। ਔਰੇਂਜ ਕਲਰ ਇੱਕ ਅਲੱਗ ਜੀ ਉਹ ਟੋਨ ਹੈਗੀ ਹੈ ਜੀ ਔਰੇਂਜ ਦੀ, ਔਰੇਂਜ ਪੀਚਿਸ਼ ਔਰੇਂਜ ਹੈ ਬਿਲਕੁਲ। ਇੱਕ ਆ ਦੇਖੋ ਰਾਮਾ ਗ੍ਰੀਨ ਕਲਰ ਦਿਖਾਓ ਜੀ, ਹਾਂਜੀ, ਇੱਕ ਦਿਖਾਓ ਜੀ ਇਹਦੇ ਵਿੱਚ ਤੁਸੀਂ ਪਿੰਕ ਕਲਰ। ਵਾਹ, ਹੁਣ ਇਹ ਆਰਟੀਕਲ ਤੁਸੀਂ ਲਿਜਾ ਕੇ 850 ਦਾ ਵੇਚਿਓ ਜੀ, ਮੈਂ ਤੁਹਾਨੂੰ ਆਰਟੀਕਲ ਲਗਾ ਕੇ ਦਊਂਗਾ ਸਿਰਫ ਤੇ ਸਿਰਫ 565 ਰੁਪਏ ਵਿੱਚ ਜੀ। 565 ਦੀ ਰੇਂਜ ਸੇ ਸ਼ੁਰੂਆਤ ਕਰ ਰਹੇ ਹਾਂ ਜੀ। ਵਾਕਈ ਬਹੁਤ ਹੀ ਬਹੁਤ ਸੋਹਣਾ ਆਰਟੀਕਲ, ਬਹੁਤ ਸੋਹਣੀ ਸਰਵੋਸਕੀ ਤੇ ਕੱਪੜਾ ਹੱਦ ਨਾਲੋਂ ਵੀ ਜ਼ਿਆਦਾ ਮੁਲਾਇਮ, 565 ਰੁਪਏ ਵਿੱਚ ਪਾਰਟੀ ਵੀਅਰ ਸਟਾਈਲ ਆਈਟਮ ਜੀ, ਬਿਲਕੁਲ ਜੀ। ਹੁਣ ਆਪਾਂ ਚੱਲਦੇ ਹਾਂ ਆਪਣੇ ਨੈਕਸਟ ਆਰਟੀਕਲ ਵੱਲ ਜੀ। ਨੈਕਸਟ ਆਰਟੀਕਲ ਜਿਹੜਾ ਤੁਹਾਡੇ ਵਾਸਤੇ ਲੈ ਕੇ ਆਵਾਂਗੇ, ਇੱਕ ਆਈਟਮ ਮੈਂ ਪਾ ਰਿਹਾ ਨਾਇਰਾ ਕੱਟ ਤੇ, ਜਿਹੜੇ ਜਿਹੜੇ ਕਸਟਮਰਸ, ਜਿਹੜੇ ਜਿਹੜੇ ਮਤਲਬ ਮੇਰੇ ਨਾਲ ਇੰਸਟਾਗ੍ਰਾਮ ਦੇ ਉੱਤੇ ਐਡ ਨੇ, ਫੋਲੋਅਰਸ ਨੇ, ਉਹਨਾਂ ਨੂੰ ਪਤਾ ਇੱਕ ਇੰਸਟਾਗ੍ਰਾਮ ਦੇ ਉੱਤੇ ਸਕੀਮ ਲਾਈ ਹੈ ਗਿਫਟ ਵਾਲੀ, ਵੀਡੀਓਜ਼ ਨਹੀਂ ਦੱਸਾਂਗਾ ਉਹਦੇ ਵਾਸਤੇ, ਤੁਹਾਨੂੰ ਜਾਣਾ ਇੰਸਟਾਗ੍ਰਾਮ 'ਤੇ ਪੈਣਾ, ਜੇ 'ਚ ਦੱਸਦਾ ਫਿਰ ਕੌਣ ਜਾਊਗਾ ਦੇਖਣ ਲਈ। ਦੂਜੀ ਗੱਲ, ਉਹਦੇ ਉੱਤੇ ਅਸੀਂ ਰੋਜ਼ ਅਪਡੇਟਸ ਪਾਉਂਦੇ ਹਾਂ, ਇੱਕ ਦਿਨ ਦੇ ਵਿੱਚ 2 ਵੀਡੀਓਜ਼ ਪਾਉਂਦੇ ਹਾਂ, ਅਤੇ ਬਹੁਤ ਆਈਟਮਾਂ ਬਹਿਜਾ ਬਹਿਜਾ ਕਰਾਈ ਹੋਈ ਹੈ। ਹੁਣ ਆਪਾਂ ਨਾਇਰਾ ਕੱਟ ਤੁਹਾਨੂੰ ਦਿਖਾਉਣਾ, ਉਹਦੇ ਉੱਤੇ ਪਾਈ ਦੇਖਣਾ ਮੱਤ ਛੋੜ ਦੇਣਾ, ਹਮੇ ਨਾ ਨਾ ਯੂਟਿਊਬ ਨਹੀਂ, ਹਮ ਇੱਕ ਦਿਨ ਮੈਂ 30 ਆਈਟਮ ਡਾਲਤੇ ਹੈ, ਨਾ ਯੂਟਿਊਬ ਨਹੀਂ ਛੱਡਣੀ, ਇੱਕ ਯੂਟਿਊਬ ਦੇ ਅਸੀਂ ਵੀਡੀਓ ਵਿੱਚ 15-20-30 ਆਈਟਮਾਂ ਪਾ, 15-20 ਆਈਟਮਾਂ ਦਾ ਪਾ ਦਿੰਦੇ ਹਾਂ, ਪਾਪਾ ਦਾ ਵੱਧ ਹੀ ਪਾ ਦਿੰਦੇ ਨੇ, ਉਹ ਤਾਂ 40 ਤੱਕ ਵੀ ਚੱਲ ਜਾਂਦਾ, ਹਾਂ ਉਹ 40 ਤੱਕ ਵੀ ਕਰ ਦਿੰਦੇ, ਮੈਂ ਥੋੜ੍ਹਾ ਥੱਕ ਜਾਂਦਾ, ਮੈਂ ਕਿ ਆਪਾਂ 15-20 ਆਈਟਮਾਂ ਪਾਉਣੀ। ਹੁਣ ਆਹ ਦੇਖੋ ਨਾਇਰਾ ਕੱਟ ਕਿੰਨਾ ਸੋਹਣਾ ਪੀਸ, ਦੇਖੋ ਗਲੇ ਉੱਤੇ ਕੰਮ ਜੀ, ਕਿੰਨਾ ਸੋਹਣਾ ਪੀਸ, ਦੇਖੋ ਪੱਲੇ ਦੇ ਉੱਤੇ ਕੰਮ, ਨਾਲ ਪਲਾਜ਼ੋ ਆਏਗਾ, ਇਹ ਨਾਇਰਾ ਕੱਟ ਹੈ, ਇਹ ਦੇਖ ਸਕਦੇ ਹਾਂ, ਸਿੰਗਲ ਸ਼ਾਰਟ ਡੀਲ, ਹਾਂਜੀ, ਯਾਨੀ ਕਿ ਓਨਲੀ ਲਾਸਟ ਵਾਰ, ਹੁਣ ਇਹਦਾ ਮੈਂ ਰੇਟ ਤੁਹਾਨੂੰ ਦੱਸਣਾ ਕਿ ਲਾਸਟ ਵਾਰ ਇਹ ਵੀਡੀਓ ਵਿੱਚ ਆਈਟਮ ਆ ਰਹੀ ਹੈ, ਇਸ ਤੋਂ ਬਾਅਦ ਗੁੰਜਾਇਸ਼ ਨਹੀਂ ਗੀ ਕਿ ਮੈਂ ਇੰਸਟਾ 'ਤੇ ਪਾ ਦਾਂਗਾ ਜਾਂ ਯੂਟਿਊਬ 'ਤੇ ਪਾ ਦਾਂਗਾ, ਕਿਉਂਕਿ ਹੁਣ ਇਹ ਮਾਲ ਬਹੁਤ ਥੋੜ੍ਹਾ ਬਚ ਗਿਆ ਅਤੇ ਮਾਲ ਸਮਝੋ ਖਤਮ ਹੀ ਹੈ, ਓਕੇ, ਬਿਲਕੁਲ ਮਾਲ ਖਤਮ ਕਰਨਾ, ਇਸ ਕਰਕੇ ਜਿਹੜਾ ਇਹ ਆਰਟੀਕਲ ਹੈ, ਹਾਂਜੀ, ਹੱਜ ਵੀ 800-850 ਵਿਕਦਾ ਪਿਆ, ਮੈਂ ਤੁਹਾਨੂੰ 300 ਰੁਪਏ ਵਿੱਚ ਪੀਸ ਲਗਾ ਕੇ ਦਾਂਗਾ, ਚਾਹੇ ਮੇਰੇ ਕੋਲ ਆ ਕੇ 1000 ਪੀਸ ਲੈ ਜਾਣਾ, ਓ ਵਾਹ, 1000 ਕੁ ਪੀਸ ਹੀ ਬਚੇ, 800-1000 ਪੀਸ ਬਚੇ, 300 ਮੇਰਾ ਪੀਸ ਲਗਾ ਕੇ ਦਊਂਗਾ। ਜਿਨ੍ਹਾਂ ਨੇ ਅੱਗੇ ਰੈਡੀਮੇਡ ਦੇ ਵਿੱਚ ਜਿਹੜੇ ਕੰਮ ਕਰਦੇ ਨੇ, ਜਾ ਕੇ ਕੁਛ ਨਾ ਕਰੀਓ, ਇਹਦਾ ਰੇਟ ਤੁਸੀਂ 500 ਰੁਪਏ ਰੱਖ ਦਿਓ, ਅਤੇ 500 ਦੇ ਹਿਸਾਬ ਨਾਲ ਜਿੰਨਾ ਮਰਜ਼ੀ ਤੁਸੀਂ ਆਪਣੀ ਦੁਕਾਨ 'ਤੇ ਮਾਲ ਵੇਚੀ ਚੱਲਿਓ, ਮੈਂ ਤੁਹਾਨੂੰ ਆਰਟੀਕਲ ਲਗਾ ਕੇ ਦਊਂਗਾ 300 ਰੁਪਏ ਦੇ ਵਿੱਚ ਜੀ। ਕਿਆ ਬਾਤ ਹੈ, ਕਲਰ ਡਿਜ਼ਾਇਨ ਬਹੁਤ ਨੇ, ਸਾਈਜ਼ ਵਗੈਰਾ
ਸਾਈਜ਼ ਸਭ ਹੈਗੇ ਨੇ ਵਿੱਚ, ਮੈਂ ਐਕਸਲ ਤੁਹਾਨੂੰ ਦੇਖ ਲਈ ਤੁਹਾਡੇ ਸਾਹਮਣੇ ਵਿਖਾ ਦਾਂਗੇ, ਜਿਹੜਾ ਤੁਹਾਨੂੰ ਪਸੰਦ ਹੋਊਗਾ ਆਪਣਾ ਸਾਈਜ਼ ਆ ਕੇ ਲੈ ਜਾਣਾ। ਮੈਂ ਤੁਹਾਨੂੰ ਆਰਟੀਕਲ ਲਗਾ ਕੇ ਦਊਂਗਾ 300 ਰੁਪਏ ਵਿੱਚ। ਇਸ ਤੋਂ ਬਾਅਦ ਹੁਣ ਆਪਾਂ ਅਗਲੇ ਆਰਟੀਕਲ ਦੇ ਵੱਲ ਚੱਲਦੇ ਹਾਂ। ਲਿਆਓ ਜੀ ਅਗਲਾ ਆਰਟੀਕਲ ਸ਼ਿਮਰ ਦੇ ਉੱਤੇ, ਪਿਓਰ ਸ਼ਿਮਰ ਦੇ ਉੱਤੇ ਸੂਟ ਆਏਗਾ ਜੀ, ਪਿਓਰ ਸ਼ਿਮਰ ਦੇ ਉੱਤੇ ਦਿਖਾਓ। ਜੇ ਇਹੋ ਜਿਹੀਆਂ ਚੀਜ਼ਾਂ ਨੇ ਵੀਡੀਓ 'ਚ ਦਿਖਾਈਆਂ ਤਾਂ ਵੀਡੀਓ ਦਾ ਕੋਈ ਫਾਇਦਾ ਨਹੀਂ, ਜੇ ਟ੍ਰੈਂਡਿੰਗ ਆਈਟਮਾਂ ਸੇਲ ਦੇ ਵਿੱਚ ਨਹੀਂ ਲਾਈਆਂ ਤਾਂ ਸੇਲ ਦਾ ਕੋਈ ਫਾਇਦਾ ਨਹੀਂ। ਕਿਆ ਬਾਤ, ਪੁਰਾਣੇ ਮਾਲ ਤਾਂ ਹਰ ਕੋਈ ਕੱਢਦਾ, ਨਵੇਂ ਮਾਲ 'ਤੇ ਸੇਲ ਲਗਾ ਕੇ ਦਿਖਾਓ ਅਤੇ ਉਹਨੂੰ ਕਹਿੰਦੇ ਜੀ ਅਸਲੀ ਬਾਜ਼ੀਗਰ ਜੀ। ਆਹ ਦੇਖੋ 100% ਪਿਓਰ ਸ਼ਿਮਰ ਆਰਗੈਂਜ਼ਾ ਦਾ ਸੂਟ ਆਏਗਾ, ਕਿੰਨੀ ਸੋਹਣੀ ਦੇਖੋ ਪੀਸ ਦੇ ਉੱਤੇ ਸਰਵੋਸਗੀ ਕੀਤੀ ਹੋਈ ਹੈ, ਦੇਖੀਏ ਪਲੇਨ ਦੇ ਵਿੱਚ ਬੋਟਮ ਨਾਲ ਪਿਓਰ ਦਾ ਆਏਗਾ ਜੀ ਪੀਸ ਦਾ ਦੁਪੱਟਾ, ਪਿਓਰ ਦੇ ਦੁਪੱਟੇ ਦੇ ਨਾਲ ਆਈਟਮ, ਵੈਰੀ ਲਿਮਿਟਿਡ ਸਟੋਕ, ਡਿਜ਼ਾਇਨਿੰਗ ਤੁਹਾਨੂੰ ਵਿੱਚ ਹੋਵੇ ਵੀ ਦੇ ਦਾਂਗਾ। ਕਲਰ ਦਿਖਾਓ ਜੀ, ਤੁਹਾਨੂੰ ਕਿੰਨੇ ਹੀ ਸੋਹਣੇ ਮਿਲਣਗੇ ਕਲਰ, ਇੱਕ ਦੂਜਾ ਕਲਰ ਦਿਖਾਓ, ਪਹਿਲਾਂ ਔਰੇਂਜ ਤੁਸੀਂ ਦੇਖ ਚੁੱਕੇ ਹੋ, ਦੂਜਾ ਕਲਰ ਆਏਗਾ ਜੀ ਮਸਟਰਡ, ਹਾਂਜੀ ਸੈਮੀ ਸ਼ਿਮਰ ਸਾਬਤ ਕਰ ਦਿਓ ਜੋ ਕਹਿਣਾ ਦੇਣਾ, ਟਵਿਲ ਸ਼ਿਮਰ ਸਾਬਤ ਕਰ ਦਿਓ ਜੋ ਕਹਿਣਾ ਦੇਣਾ, ਤਿੰਨ ਕਲਰ ਤੁਹਾਨੂੰ ਦਊਂਗਾ ਡਿਜ਼ਾਇਨਿੰਗ ਹੋਲ ਵਿੱਚ ਬਹੁਤ, ਇੱਕ ਚੌਥਾ ਰੈੱਡ ਆ ਗਿਆ ਇਹਦੇ ਵਿੱਚ, ਚਾਰੇ ਕਲਰ ਬੜੇ ਪਿਆਰੇ, 1195 1095 ਸੇਲ ਹੁੰਦਾ, ਮੈਂ ਤੁਹਾਨੂੰ ਆਰਟੀਕਲ ਲਗਾ ਕੇ ਦਊਂਗਾ 595 ਰੁਪਏ ਦੇ ਵਿੱਚ, 595 ਕੀ ਰੇਂਜ ਮੈਂ ਆ ਗਿਆ ਜੀ ਸ਼ਿਮਰ। ਚਲੋ ਆਹ ਹੈਂਡਵਰਕ ਵਾਲਾ ਮੈਨੂੰ ਹੱਥ ਪਵੇ ਕਰਵਾਉਣ ਲੱਗਾ, ਕੋਈ ਗੱਲ ਨਹੀਂ ਜੇ ਖੁੱਲ੍ਹ ਗਿਆ, ਖੁੱਲ੍ਹ ਗਿਆ ਪਰਮਾਤਮਾ ਵੱਲੋਂ ਖੁੱਲ੍ਹ ਗਿਆ ਅਤੇ ਇਹ ਵੀ ਤੁਹਾਨੂੰ 595 ਰੁਪਏ ਦੇ ਵਿੱਚ ਹੀ ਲਗਾ ਦਾਂਗੇ। ਓ ਵਾਹ ਜੀ ਵਾਹ, ਇਹ ਦੇਖੀਏ ਜੇ ਕਿਸੇ ਨੇ ਆਹ ਸੂਟ ਲਿਜਾ ਕੇ 850-900 ਤੋਂ ਘੱਟ ਵੇਚਣਾ ਤਾਂ ਬੇਸ਼ੱਕ ਨਾ ਲੈ ਕੇ ਜਾਣਾ ਵਾਲੇ ਆਰਟੀਕਲ, ਤੁਸੀਂ ਕਮਾਈ ਕਰਕੇ ਵੇਚੋ, ਤਾਂ ਹੀ ਤੁਹਾਡੇ ਲਈ ਅਸੀਂ ਦਿਨ ਰਾਤ ਮਿਹਨਤ ਕਰਦੇ ਹਾਂ ਕਿ ਤੁਸੀਂ ਸਾਡੇ ਕੋਲ ਬਿਨਾਂ ਕਿਸੇ ਟੈਨਸ਼ਨ ਤੋਂ ਅੱਖਾਂ ਬੰਦ ਕਰਕੇ ਦੁਕਾਨ 'ਤੇ ਪਹੁੰਚੋ ਅਤੇ ਸਾਡੇ 'ਤੇ ਸਭ ਕੁਝ ਛੱਡ ਦਿਓ ਕਿ ਹਾਂ ਅਸੀਂ ਜੋ ਲੈ ਕੇ ਚੱਲੇ ਹਾਂ ਸਹੀ ਲੈ ਕੇ ਚੱਲੇ ਹਾਂ ਅਤੇ ਪਰਮਾਤਮਾ ਦੀ ਕਿਰਪਾ ਨਾਲ ਉਹ ਮਾਲ ਸਾਨੂੰ 4 ਪੈਸੇ ਦੇ ਕੇ ਜਾਏਗਾ। ਚਾਰ ਕਲਰ ਬੜੇ ਪਿਆਰੇ, ਰੇਂਜ ਕਿੰਨੀ ਦੱਸੀ ਆਰਟੀਕਲ ਦੀ, 595 ਰੁਪਏ ਜੀ। ਹੁਣ ਆਪਾਂ ਚੱਲਦੇ ਹਾਂ ਆਪਣੇ ਪੀਸ ਦੇ ਨੈਕਸਟ ਆਰਟੀਕਲ ਵੱਲ, ਨੈਕਸਟ ਆਰਟੀਕਲ ਜਿਹੜਾ ਹੁਣ ਮੈਂ ਤੁਹਾਨੂੰ ਦਿਖਾਵਾਂਗਾ, ਲਿਆਓ ਜੀ ਪੀਸ, ਹਾਂਜੀ ਹਾਂਜੀ ਜਿਹਦੀ ਕੈਟਲੋਗ ਤੁਸੀਂ ਦਿਖਾਉਂਦੇ ਪਿਓ, ਬਹੁਤ ਹੀ ਸੋਹਣੀ ਚੀਜ਼ ਹੈ। ਪਹਿਲਾਂ ਤਾਂ ਕਢਾਈ ਦੀ ਸਫਾਈ ਦੇਖਣਾ ਪੀਸ 'ਤੇ ਕਿੰਨੀ ਹੈ, ਤੁਹਾਨੂੰ ਇੱਕ ਇੱਕ ਕਲਰ ਪਤਾ ਲੱਗੂਗਾ ਕਿ ਇੱਕ ਇੱਕ ਕਲਰ ਪੀਸ ਉੱਤੇ ਕਿੰਨਾ ਸੋਹਣਾ। ਕੱਪੜਾ ਬੜਾ ਪਿਆਰਾ ਜੀ, ਇਹ ਕੱਪੜਾ ਇਸ ਵੇਲੇ ਇੰਨਾ ਕੁ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ। ਹਾਂਜੀ ਇਹ ਕੱਪੜੇ ਦਾ ਨਾਮ ਹੈ ਜੀ ਰੋਮਨ, ਬਹੁਤ ਸੋਹਣਾ ਕੱਪੜਾ ਹੈ। ਇਸ ਵੇਲੇ ਜਿੰਨੀ ਕਢਾਈ ਇਸ ਕੱਪੜੇ ਉੱਤੇ ਆਉਂਦੀ ਪਈ ਹੈ, ਜਿੰਨੀ ਫੈਂਸੀ ਕਢਾਈ ਇਸ ਕੱਪੜੇ 'ਤੇ ਆਉਂਦੀ ਪਈ ਹੈ ਜੀ, ਠੀਕ ਹੈ। ਚੀਜ਼ ਬੜੀ ਪਿਆਰੀ ਹੈ, ਬੋਟਮ ਬੜੀ ਵਧੀਆ ਅਤੇ ਨਾਲ ਦੁਪੱਟਾ ਤਾਂ ਹੈ ਹੀ ਬੜਾ ਪਿਆਰਾ ਜੀ, ਪੀਸ ਦਾ ਦੁਪੱਟਾ ਦੇਖੋ ਜੀ ਕਿੰਨਾ ਸੋਹਣਾ, ਮਸਲਿਨ ਦੇ ਉੱਤੇ ਕਰੋਸ਼ਟ ਵਰਕ ਦੇ ਉੱਤੇ ਦੁਪੱਟਾ ਜੀ, ਕਲਰ ਤੁਹਾਨੂੰ ਵਿੱਚ ਬੜੇ ਪਿਆਰੇ ਮਿਲਣਗੇ, ਕਲਰ ਦਿਖਾਓ ਇਹਦੇ, ਬੜਾ ਸੋਹਣਾ ਜੈਂਟ ਵੀ ਜਿਹਾ ਚਾਰਟ ਤੁਹਾਨੂੰ ਇਹਦੇ ਵਿੱਚ ਮਿਲੇਗਾ। ਰੇਟ ਇਹਦਾ ਤੁਹਾਨੂੰ ਆਰਟੀਕਲ ਆ ਹੁਣੇ ਆਪਾਂ ਦੱਸਦੇ ਹਾਂ, ਹਾਂਜੀ ਹੁਣ ਰੇਟ ਵੀ ਦੱਸਦੇ ਹਾਂ। ਕਲਰ ਦੇਖੋ ਕਿੰਨੇ ਸੋਹਣੇ ਨੇ, ਆਹ ਆਰਟੀਕਲ ਹੈ ਜਿਹੜਾ ਗਲੇ 'ਤੇ ਵਰਕ, ਪੱਲੇ ਦੇ ਉੱਤੇ ਵਰਕ, ਗਰਲਿਸ਼ ਕਨਸੈਪਟ ਹੈ ਜੀ, ਨਾਲ ਬੋਟਮ ਦਾ ਕੱਪੜਾ ਬੜਾ ਫਾਈਨ, ਮੈਂ ਤੁਹਾਨੂੰ ਲਗਾ ਕੇ ਦੂੰਗਾ, ਇਹ ਵੀ 565 ਰੁਪਏ ਦੇ ਵਿੱਚ ਹੈ ਜੀ, 565 ਰੁਪੀਸ ਦੇ ਵਿੱਚ ਆਰਟੀਕਲ, ਕਿੰਨਾ ਹੀ ਪਿਆਰਾ, ਸਭ ਵਾਸਤੇ ਹਾਜ਼ਰ ਹੈ, ਕਿੱਥੇ, ਅਹਿਮਦਾਬਾਦ ਵਾਲਿਆਂ ਦੀ ਮਸ਼ਹੂਰ ਹੱਟੀ, ਖੰਨਾ ਰੋਡ, ਮੇਨ ਚੌਂਕ, ਸ਼ਹਿਰ ਸਮਰਾਲਾ, ਠੀਕ ਹੈ ਜੀ। ਹੁਣ ਤਾਂ ਰੱਟ ਗਈ ਹੋਣੀ ਲਾਈਨ, ਇੰਨੇ ਸਾਲ ਹੋ ਗਏ ਤੁਹਾਨੂੰ ਵੀ ਸੁਣਦੇ ਨੂੰ, ਮੈਨੂੰ ਤਾਂ ਭਾਜੀ ਪਹਿਲੀ ਰੱਟ ਗਈ, ਤੁਸੀਂ ਤਾਂ ਸਿਰਫ ਸੁਣਾਉਂਦੇ ਹੋ, ਮੈਂ ਲਿਖਦਾ ਵੀ ਹਾਂ। ਅੱਛਾ ਲਿਖ, ਤੁਸੀਂ ਤਾਂ ਲਿਖਦੇ ਹੋ ਜੀ। ਲਿਆ ਹੁਣ ਆਪਾਂ ਚੱਲੇ ਆਪਣੇ ਨੈਕਸਟ ਆਰਟੀਕਲ ਵੱਲ, ਨੈਕਸਟ ਆਰਟੀਕਲ ਦਾ ਨਾਮ ਹੈ ਜੀ ਵੈਕਸੀਨ, ਕਰੋਨਾ ਵੈਕਸੀਨ ਨਹੀਂ, ਇਹ ਕਰੋਨਾ ਦੀ ਵੈਕਸੀਨ ਨਹੀਂ, ਇਹ ਤੁਸੀਂ ਇਹ ਸਮਝੋ ਇੱਕ ਗਾਹਕਾਂ ਵਾਸਤੇ ਵੈਕਸੀਨ ਹੈ, ਇੱਕ ਸੂਟਾਂ ਦੀ ਵੈਕਸੀਨ ਹੈ, ਵਿਆਹ ਸ਼ਾਦੀ ਦੇ ਕੱਪੜਿਆਂ 'ਚ ਇੱਕ ਵੈਕਸੀਨ ਹੈ, ਕਿਉਂਕਿ ਇਹ ਬੂਸਟ ਕਰ ਦਿੰਦੀ ਹੈ, ਇੱਕ ਬੂਸਟਰ ਡੋਜ਼ ਹੈ ਇਹ, ਇੰਨੀ ਵਧੀਆ ਚੀਜ਼ ਹੈ ਵਾਲੀ। ਜੇ ਤੁਹਾਡੇ ਵਿਆਹ ਸ਼ਾਦੀ ਵਾਲੇ ਕੱਪੜਿਆਂ ਦੇ ਵਿੱਚ ਦੇਣ ਲੈਣੇ ਕੱਪੜਿਆਂ 'ਚ ਆਹ ਵਾਲਾ ਸੂਟ ਪਿਆ, ਤੁਹਾਨੂੰ 4 ਚੰਨ ਲੱਗ ਜੂਗਾ, ਤਾਂ ਕਰਕੇ ਇਹਨੂੰ ਕਹਿੰਦੇ ਵੈਕਸੀਨ, ਵੈਕਸੀਨ ਦਾ ਕੰਮ ਹੁੰਦਾ ਬੂਸਟ ਕਰਨਾ ਜੀ। ਹੁਣ ਆਹ ਦੇਖੋ ਕਿੰਨਾ ਸੋਹਣਾ, ਦੇਖੋ ਪੀਸ ਹੈ, 5 ਮੀਟਰ ਦੀ ਕੱਟ ਪੂਰੀ ਆਏਗੀ ਪੀਸ ਦੀ,
ਜੋ ਕੱਪੜਾ ਟੋਪ ਦਾ ਉਹੀ ਕੱਪੜਾ ਬੋਟਮ ਦਾ ਪਿਓਰ ਫਰੈਂਚ ਕਰੇਪ, ਜਿਹਨੂੰ ਆਪਾਂ ਅੱਜ ਕੱਲ੍ਹ ਨੈਚੁਰਲ ਕਰੇਪ ਵੀ ਕਹਿੰਦੇ ਪਏ ਜੀ, ਕੱਪੜੇ ਵੱਲੋਂ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ, ਦੁਪੱਟੇ ਵੱਲੋਂ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ, ਦੁਪੱਟੇ ਖੁੱਲੇ ਡੁੱਲੇ, ਚੀਜ਼ ਬੜੀ ਪਿਆ ਵੀ 2 ਸਾਈਡ ਪੀਕੋ ਕੀਤੀ ਹੋਈ ਹੈ, ਡਿਜ਼ਾਈਨ 'ਚ ਹੈਗੇ ਨੇ 15-20। ਮੈਂ ਤੁਹਾਨੂੰ ਵੀਡੀਓ 'ਚ ਇਹਦੇ ਸਿਰਫ 3-4 ਡਿਜ਼ਾਈਨ ਦਿਖਾਊਂਗਾ, ਨਹੀਂ ਤਾਂ ਇੱਕ ਇਕੱਲੀ ਵੀਡੀਓ ਮੈਨੂੰ ਸਿਰਫ ਵੈਕਸਿੰਗ ਦੀ ਬਣਾਉਣੀ ਪਏਗੀ ਜੀ। ਹੁਣ ਆਹ ਦੇਖੋ ਪੇਮੈਂਟ ਕਿੰਨੇ ਸੋਹਣੇ, ਸਭ ਡਿਜੀਟਲ ਪੇਮੈਂਟਿੰਗ, ਇਹਦਾ ਵੀ ਜੋ ਮੈਂ ਤੁਹਾਨੂੰ ਰੇਟ ਲਗਾ ਕੇ ਦਾਂਗਾ ਸਿਰਫ ਅਤੇ ਸਿਰਫ 1 ਤੋਂ ਲੈ ਕੇ 15 ਤੱਕ, 1 ਤਾਂ ਹੁਣ ਲੰਘ ਚੁੱਕੀ ਹੈ, 5 ਤੋਂ ਲੈ ਕੇ 15 ਤੱਕ ਯਾਨੀ ਜੀ। ਅਗਲਾ ਡਿਜ਼ਾਈਨ ਦੇਖੋ, ਬੋਟਮਾਂ ਸਭ ਦੀਆਂ ਬੜੀਆਂ ਪਿਆ ਵੀ ਆਣਗੀਆਂ, ਬੈਕ ਵੀ ਇੱਦਾਂ ਹੀ ਬਣੀ ਹੈ, ਫਰੰਟ ਵੀ ਇੱਦਾਂ ਹੀ ਬਣਿਆ ਹੋਇਆ, ਬਾਜੂ ਵੀ, ਬੋਟਮ ਵੀ, ਅਤੇ ਨਾਲ ਪ੍ਰਿੰਟਡ ਸੀ ਦੁਪੱਟਾ ਵੀ। ਬਿਲਕੁਲ ਧੋਖਾ ਨਾ ਖਾਈਓ, ਪੂਰੇ ਸੂਟ 'ਤੇ ਵਰਕ ਹੈ। ਹਾਂਜੀ ਹਾਂਜੀ ਹਾਂਜੀ, ਉਹੀ ਕਹਿਣ ਲੱਗਾ ਸੀ, ਬਿਲਕੁਲ ਵੀ ਧੋਖਾ ਨਾ ਖਾਈਓ, ਬੜੀਆਂ ਕਾਪੀਆਂ ਦੇ ਵਿੱਚ ਆਉਂਦੀਆਂ, ਅਤੇ ਕਾਪੀ ਦਾ ਰੇਟ ਅੱਜ ਕੱਲ੍ਹ 450-450 ਨਿਕਲਿਆ ਹੋਇਆ ਜੀ। ਮੈਂ ਤੁਹਾਨੂੰ ਓਰਿਜਨਲ ਦਊਂਗਾ ਜੀ, ਓਰਿਜਨਲ ਪੀਸ ਹੈ, ਰੇਟ ਸੁਣਿਓ ਕੀ ਲਗਾ। ਬੋਟਮ ਦੇਖੋ ਇਸਕੀ, ਬੋਟਮ ਦਾ ਆਹ ਦੇਖੋ ਫਾਲ ਦੇਖੋ ਜੀ ਜੀ, ਆਹ ਦੇਖੇ ਰੇਟ ਦੇਖਿਓ ਕੀ ਲਗਾ ਕੇ ਦਾਂਗਾ ਤੁਹਾਨੂੰ ਆਰਟੀਕਲ। ਕਲਰ ਚਾਰਟ ਦੇਖੋ ਕਿੰਨਾ ਬੜਿਆ, ਕਲਰ ਚਾਰਟ ਹੈ ਹੀ ਬੜਾ ਪਿਆਰਾ। ਅਗਲਾ ਡਿਜ਼ਾਈਨ ਖੋਲ ਦੇਖੋ, ਇਹ ਚੀਜ਼ਾਂ ਉਹ ਨੇ ਜਿਨ੍ਹਾਂ ਦਾ ਹੁਣ ਟਰੈਂਡ ਹੈ। ਹੁਣ ਆਰਟੀਕਲ ਰੇਂਜ ਤੁਹਾਨੂੰ ਮੈਂ ਦੱਸਾਂਗਾ, ਇਹ ਤੁਹਾਨੂੰ ਪੀਸ ਲਗਾ ਕੇ ਦੂੰਗਾ ਓਨਲੀ ਐਂਡ ਓਨਲੀ 395 ਰੁਪਏ ਵਿੱਚ ਜੀ, 395 ਓਨਲੀ, 395 ਫ੍ਰੈਂਚ ਕਰੇਪ ਪਿਓਰ ਵਰਕ ਦੇ ਨਾਲ, ਵਰਕ ਦੇ ਨਾਲ। ਭਾਅ ਜੀ ਕਾਪੀ ਦੁਬਾਰਾ ਖੋਲੋ, ਭੁੱਲ ਨਾ ਕਰੋ, ਕਾਪੀ ਨਹੀਂ ਆਪਾਂ ਖੋਲਣੀ, ਕਾਪੀ ਵਾਲਾ 2 ਆਰਟੀਕਲ ਬਹਿ ਗਏ ਨੇ, ਆਪਾਂ ਦੇਖ ਲਾਂਗੇ ਉਸ ਵੇਲੇ। ਨਹੀਂ ਮੈਂ ਕਹਿਣ ਦਾ ਮਤਲਬ ਹੈ ਭਾਈ, ਟੈਨਸ਼ਨ ਲਾ ਲਓ, 15 ਤੋਂ ਬਾਅਦ ਕਮਾਲ, ਤੇਰੀ ਟੈਨਸ਼ਨ ਹੋ ਜਾਂਦੀ ਆ, 15 ਤੋਂ ਬਾਅਦ ਕਮਾਲ, ਮੇਰੀ ਟੈਨਸ਼ਨ ਦੀ ਕੋਈ ਗੱਲ ਨਹੀਂ, ਜੋ ਪਾਪਾ ਤੋਂ ਗਾਲਾਂ ਪੈਂਦੀ ਉਹਦੀ ਟੈਨਸ਼ਨ ਕਰਿਆ ਕਰ, ਉਹੀ ਉਹੀ ਤੇਰੀ ਟੈਨਸ਼ਨ ਇਸ ਲਈ ਹੁੰਦੀ ਹੈ, ਪਾਪਾ ਤੋਂ ਗਾਲਾਂ ਪੈ ਜਾਣੀਆਂ, ਕੋਈ ਗੱਲ ਨਹੀਂ, ਗਾਲਾਂ ਵੀ ਸਹੀ, ਚਲੋ ਪਿਓ ਦੀਆਂ ਗਾਲਾਂ ਕਿਉਂ ਦੀਆਂ, ਕਿਉਂ ਦੀਆਂ, ਮੈਂ ਸੇਮ ਆਹੀ ਹੁਣੇ ਡਾਇਲੋਗ ਬੋਲਣ ਲੱਗਾ, ਤੁਸੀਂ ਮੇਰੇ ਮੂੰਹ ਚੋਂ ਗੱਲ ਖਿੱਚ ਲਈ। ਹੁਣ ਆਹ ਦੇਖੋ ਕਿੰਨੇ ਸੋਹਣੇ ਕਲਰ, ਡਿਜ਼ਾਈਨ ਇਸ ਚੋਂ ਮੈਂ ਦੇ ਦਿੰਦਾ, 15-20 ਰੇਂਜ ਰਹੂਗੀ ਆਰਟੀਕਲ ਦੀ, 395 395 ਲਿਆਓ ਜੀ। ਹੁਣ ਇੱਕ ਆਰਟੀਕਲ ਤੁਹਾਨੂੰ ਮੈਂ ਦਿਖਾਵਾਂਗਾ, ਕਿਹੜਾ ਦਿਖਾਈ, ਹਾਂਜੀ ਬਿਪਸਨ ਦਾ, ਬਿਪਸਨ ਦਾ ਆਰਟੀਕਲ ਆਊਗਾ, ਲਿਆਓ ਜੀ ਪੀਸ। ਕੱਪੜੇ ਦਾ ਨਾਮ ਹੈ ਜੀ ਮੁਡਾਲ, ਨਾ ਕੱਪੜੇ ਦਾ ਕਲਰ, ਜੇ ਪਹਿਲਾਂ ਖੋ ਪੀਸ ਖੋਲ ਲਓ, ਫਿਰ ਤਾਰੀਫ ਬਾਅਦ 'ਚ ਕਰਦਾ ਜੀ, ਤਾਰੀਫ ਕਰੂੰ ਕਿਆ ਉਸਕੀ ਜਿਸਨੇ ਇਸੇ ਬਣਾਇਆ, ਯਾਨੀ ਬਿਪਸਨ ਵਾਲੇ ਨੇ ਬਣਾਇਆ, ਹਾਂਜੀ ਜੀ। ਮੁਡਾਲ ਦਾ ਸੂਟ, ਨਹੀਂ ਆਪਾਂ ਇੱਦਾਂ ਵੀ ਕਹਿੰਦੇ ਤਾਰੀਫ ਕਰੂੰ ਕਿਆ ਉਸਕੀ ਜੋ ਇਸ ਕੋਲ ਆਇਆ, ਇਹ ਤਾਂ ਫਿਰ ਮੈਂ ਹੀ ਲੈ ਕੇ ਆਇਆ। ਆਹ ਦੇਖੋ ਜੀ ਉਹ ਕਿੱਦਾਂ ਬੁਲਾਵਾ ਲੈਂਦੇ ਹੁੰਦੇ ਆ, ਆਹ ਦੇਖੋ ਜੀ ਬਿਪਸਨ ਦਾ ਪੀਸ ਜੀ, ਬਹੁਤ ਸੋਹਣਾ ਕੱਪੜਾ ਹੈ, ਬਹੁਤ ਹੀ ਮੁਲਾਇਮ ਕੱਪੜਾ ਹੈ, ਟ੍ਰੈਂਡਿੰਗ ਕੱਪੜਾ ਹੈ, ਕੱਪੜੇ ਦੀ ਨਾ ਕੋਈ ਕਲਰ ਦੀ ਕੰਪਲੇਂਟ, ਨਾ ਕੋਈ ਕੱਪੜੇ ਨੇ ਛਿੱਜਣਾ, ਨਾ ਕੋਈ ਕਲਰ ਜਾਣਾ, ਨਾ ਕੋਈ ਖਿੱਚਣਾ, ਨਾਲ ਉੱਤੇ ਫੋਇਲ ਕੀਤੀ ਹੋਈ ਹੈ, ਨਾਲ ਬਹੁਤ ਸੋਹਣੀ ਪੀਸ ਦੀ ਬੋਟਮ ਹੈ, ਦੁਪੱਟਾ ਇੰਨਾ ਪਿਆ ਵਿਆ, ਚਾਹੇ ਮੁੱਠੀ ਦੇ ਵਿੱਚ ਸਾਰੇ ਦੁਪੱਟੇ ਨੂੰ ਇਕੱਠਾ ਕਰ ਲਓ। ਦਿਖਾਓ ਜੀ ਦੁਪੱਟਾ ਕਿੰਨਾ ਸੋਹਣਾ, ਦੇਖੋ ਪੀਸ ਦਾ ਲਾਈਟ ਵੇਟ ਜਿਹਾ ਦੁਪੱਟਾ, ਵਾਕਈ ਬਹੁਤ ਪਿਆਰਾ, ਬਹੁਤ ਸੋਹਣੀ ਚੀਜ਼ ਹੈ। 825-795 ਵਾਲਾ ਆਰਟੀਕਲ, ਕਲਰ ਤੁਹਾਨੂੰ ਚਦਾਂਗਾ ਜੀ 4, 1, 2, 3, 4 ਕਲਰ ਦੇ ਨਾਮ ਕਿਹੜੇ ਹੈ, ਬਲਿਊ, ਰੈੱਡ, ਕੌਫੀ ਅਤੇ ਨਾਲ ਫੋਰੈਸਟ ਗ੍ਰੀਨ, ਚਾਰੇ ਕਲਰ ਬੜੇ ਪਿਆਰੇ। ਇਹ ਆਰਟੀਕਲ ਤੁਹਾਨੂੰ ਲਗਾ ਕੇ ਦੂੰਗਾ 500-25 ਰੁਪਏ ਦੇ ਵਿੱਚ ਜੀ, 525 ਦੀ ਰੇਂਜ, ਵਾਕਈ ਬਹੁਤ ਹੀ ਖੂਬਸੂਰਤ ਸਾ ਆਰਟੀਕਲ, ਬਹੁਤ ਖੂਬਸੂਰਤ ਜਿਹਾ ਆਰਟੀਕਲ, ਬੜਾ ਹੀ ਸਸਤਾ ਰੇਟ, 525 ਰੁਪਏ ਵਿੱਚ। ਇਹਨਾਂ ਚੀਜ਼ਾਂ 'ਚ ਨਾ ਕਮਾਇਆ ਤਾਂ ਤੁਸੀਂ ਸਮਝੋ ਕਿਸੇ 'ਚ ਵੀ ਨਾ ਕਮਾਇਆ, ਹੁਣ ਤੁਹਾਨੂੰ ਕਮਾਉਣ ਲਈ ਆਏ ਹੀ ਨਹੀਂ, ਤੁਸੀਂ ਕਮਾਉਣ ਲਈ, ਅਸੀਂ ਤਾਂ ਨਹੀਂ ਕਮਾਉਣਾ, ਅਸੀਂ ਆਪਣੇ ਗਾਹਕਾਂ ਨੂੰ ਕਹਿੰਦੇ ਕਿ ਤੁਸੀਂ ਵੱਧ ਤੋਂ ਵੱਧ ਕਮਾਓ, ਹਾਂ ਜੇ ਇਹਨਾਂ 'ਚ ਨਾ ਕਮਾਇਆ ਫਿਰ ਤੁਸੀਂ ਕਮਾਉਣ ਲਈ ਆਏ ਹੀ ਨਹੀਂ। ਚਲੋ ਜੀ ਲਿਆਓ ਜੀ ਫਟਾਫਟ, ਲਿਆਓ ਜੀ ਹੁਣ ਅਗਲਾ ਆਰਟੀਕਲ ਜਿਹੜਾ ਤੁਹਾਨੂੰ ਦਿਖਾਵਾਂਗੇ, ਅਗਲਾ ਆਰਟੀਕਲ ਤੁਹਾਨੂੰ ਦਿਖਾਉਣਾ ਜੀ ਕੋਟਨ ਦੇ ਉੱਤੇ, ਕੱਪੜੇ ਦਾ ਨਾਮ ਹੈ ਜੀ ਲੀਜ਼ੀ ਬੀਜ਼ੀ, ਇੰਡੋ ਕੋਟਨ ਨੀਗੀ, ਕਿਉਂਕਿ ਅੱਜ ਕੱਲ੍ਹ ਕਾਪੀ ਬੜੀ ਆਉਂਦੀ ਪਈ ਹੈ ਇੰਡੋ ਦੇ ਉੱਤੇ, ਇੰਡੋ ਨੀਗੀ ਲੀਜ਼ੀ ਬੀਜ਼ੀ ਦਾ ਸੂਟ, ਹਾਂਜੀ ਦਿਖਾਓ ਪਲੀਜ਼, ਆਲ ਓਵਰ ਵਿੱਚ ਸੂਟ ਆਊਗਾ, ਇਹ ਦੇਖੀ ਬਸ, ਪੱਲੇ ਉੱਤੇ ਕਢਾਈ ਆਊਗੀ, ਪੱਲੇ ਪੇ ਕਢਾਈ ਔਰ ਸਾਥ ਮੇਂ ਖੂਬਸੂਰਤ ਸਾ ਦੁਪੱਟੇ ਤੇ ਵੀ ਨਾਲ ਕਢਾਈ ਜੀ,
ਇਹਦੇ ਵਿੱਚ ਕਲਰ ਦਿਖਾਓ, ਤਾਂ ਸਸਤੀ ਰੇਂਜ 'ਚ ਆਰਟੀਕਲ ਲੈ ਕੇ ਆਇਆ। ਹਾਂਜੀ, ਰੇਟ ਘਟਾਇਆ ਇਹਦਾ 15 ਤੱਕ, ਆਰਟੀਕਲ ਤੁਹਾਨੂੰ ਲਗਾ ਕੇ ਦੂੰਗਾ 270 ਰੁਪਏ ਦੇ ਵਿੱਚ। 270 ਦੀ ਰੇਂਜ ਮੇ 5 ਮੀਟਰ ਲੇਜੀ ਵੀ ਜੀ, ਆਲ ਓਵਰ ਸੂਟ ਨਾਲ ਪੱਲੇ ਦੇ ਕਢਾਈ ਨਾਲ ਦੁਪੱਟਾ ਜੀ। ਇੱਕ ਤੁਹਾਨੂੰ ਹੁਣ ਆਰਟੀਕਲ ਜਿਹੜਾ ਦਿਖਾਵਾਂਗੇ ਆਪਾਂ, ਦਿਖਾਵਾਂਗੇ ਆਵਲ ਲਿਆਓ ਜੀ। ਖੋਲੋ ਪੀਸ ਡਿਜ਼ਾਈਨਰ ਦੁਪੱਟੇ ਦੇ ਨਾਲ, ਦੇਖੋ ਪੀਸ ਕਿੰਨਾ ਪਿਆ ਪਿਆ ਬਣਿਆ ਹੋਇਆ ਜੀ, ਕਿੰਨੀ ਸੋਹਣੀ ਗਲੇ ਦੇ ਕਢਾਈ, ਬੜਾ ਸਿੰਪਲ ਸੋਬਰ ਜਿਹਾ ਕਨਸੈਪਟ ਹੈ। ਹਾਂਜੀ, ਗਲਾ ਦੇਖੋ ਪੀਸ ਦਾ ਕਿੰਨਾ ਪਿਆ ਪਿਆ, ਪੱਲਾ ਦੇਖੋ ਪੀਸ ਦਾ ਕਿੰਨਾ ਪਿਆ, ਨਾਲ ਦੁਪੱਟਾ ਬੜਾ ਪਿਆ ਪਿਆ ਜੀ ਬਲੌਕ ਦੇ ਉੱਤੇ। ਕੋਈ ਇੱਦਾਂ ਨਹੀਂ ਕਿ ਦੁਪੱਟਾ ਤੁਹਾਨੂੰ ਲੜੇਗਾ, ਕੋਈ ਦੁਪੱਟਾ ਤੁਹਾਨੂੰ ਮਤਲਬ ਕਿ ਵੀ ਲੈਣ 'ਚ ਤੁਸੀਂ ਅਨਕੰਫਰਟੇਬਲ ਹੋ ਗਏ, ਇੱਦਾਂ ਦੀ ਕੋਈ ਗੱਲ ਨਹੀਂ। ਬੜਾ ਮੁਲਾਇਮ ਦੁਪੱਟਾ ਲੱਗਾ ਹੋਇਆ ਜੀ, ਕੋਈ ਕਲਰ ਨਹੀਂ ਜਾਣਾ ਦੁਪੱਟੇ ਦਾ, ਕੋਈ ਸੂਟ ਦਾ ਕਲਰ ਨਹੀਂ ਜਾਣਾ, ਬਹੁਤ ਮੁਲਾਇਮ ਹੈ। ਹਾਂਜੀ, ਅਤੇ ਸੂਟ ਥੱਲੇ ਤੁਹਾਡੀ ਇੱਛਾ ਲਾਈਨਿੰਗ ਲਗਾਉਣੀ ਹੈ ਲਗਾਓ, ਨਹੀਂ ਤਾਂ ਕੋਈ ਗੱਲ ਨਹੀਂ। ਚਾਰ ਕਲਰ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੇ, ਬੜੇ ਹੀ ਪਿਆਰੇ, ਰੇਂਜ ਬੜੀ, ਚਾਰ ਨੇ ਕਿ ਵੱਧ, ਛੇ ਕਲਰ ਨੇ ਜੀ। ਪਾਰਟੀ ਵੀਅਰ ਕਨਸੈਪਟ ਦੇ ਕਲਰ ਨੇ, ਜੋ ਅੱਜ ਕੱਲ੍ਹ ਵਿਆਹ ਸ਼ਾਦੀ 'ਚ ਕਲਰ ਚੱਲ ਰਹੇ ਨੇ ਪਾਉਣ ਵਾਸਤੇ, ਜੋ ਕਨਸੈਪਟ ਚੱਲ ਰਿਹਾ ਉਹੀ ਤੁਹਾਨੂੰ ਕਲਰ ਮਿਲਣਗੇ। ਰੇਂਜ ਬਹੁਤ ਸਹੀ ਹੈ, 375 ਰੁਪਏ ਦੇ ਵਿੱਚ ਆਰਟੀਕਲ। 375 ਓਨਲੀ, ਵਾਕਈ ਯਾਰ ਆਪਣੇ ਦਿਮਾਗੇ ਲਗਾ ਰੱਖੇ ਹੈ, ਔਰ ਸਿਰਫ 375 ਰੁਪਏ ਦੇ ਵਿੱਚ ਕਾਟਨ ਦੀ ਕਢਾਈ ਵਾਲਾ ਸੂਟ। ਬੋਲਣੇ ਕੇ ਲਈ ਕੁਛ ਨਹੀਂ ਹੈ, ਆਰਾਮ ਸੇ ਲੈ ਜਾਓ, 500 550 ਕੀ ਰੇਂਜ ਮੇਂ ਆਪ ਵੇਚੋ, ਹੱਸ ਕੇ ਸੇਲ ਹੋਗਾ, ਤੁਸੀਂ ਰਿਟੇਲ 550 ਬਹੁਤ ਆਰਾਮ ਨਾਲ ਵੇਚ ਸਕਦੇ ਹੋ। ਹੁਣ ਇੱਕ ਜਿਹੜਾ ਤੁਹਾਨੂੰ ਮੈਂ ਨੈਕਸਟ ਆਰਟੀਕਲ ਦਿਖਾਊਂਗਾ, ਉਹ ਜਦ ਮੈਂ ਪੀਸ ਖੋਲਾਂਗਾ ਮਸਲੀਨ ਦੇ ਉੱਤੇ, ਕਈਆਂ ਨੇ ਕਹਿਣਾ ਡੀ ਮਸਲੀਨ ਹੈ, ਕਈਆਂ ਨੇ ਕਹਿਣਾ ਸੈਮੀ ਮਸਲੀਨ ਹੈ, ਕਿਉਂਕਿ ਇਹ ਰੇਟ ਇੰਨਾ ਘੱਟ ਪਾਊਂਗਾ, ਕਿਸੇ ਨੂੰ ਟਰਸਟ 'ਚ ਨਹੀਂ ਹੋਣਾ ਕਿ ਮੈਂ ਇੰਨਾ ਵਧੀਆ ਕੱਪੜਾ ਇੰਨੇ ਘੱਟ ਰੇਟ ਦੇ ਉੱਤੇ ਲੈ ਕੇ ਆਇਆ। ਆਹ ਦਿਖਾਓ ਜੀ ਪਲੀਜ਼। ਹਾਜ਼ਰ ਕੀਆ ਜਾਏ ਜੀ, ਜਿਹੜੀ ਇੰਪੋਸੀਬਲ ਚੀਜ਼ ਪੋਸੀਬਲ ਹੈ ਉਹ ਕਿੱਥੇ ਹੈ, ਅਹਿਮਦਾਬਾਦ ਵਾਲਿਆਂ ਦੇ। ਹੁਣ ਆਹ ਦੇਖੋ ਮਸਲਿਨ ਦਾ ਸੂਟ, ਪਿਓਰ ਮਡਾਲ ਮਸਲਿਨ ਦਾ ਸੂਟ ਜੀ, ਪਿਓਰ ਮਡਾਲ ਮਸਲਿਨ। ਓਕੇ, ਹੁਣ ਕੱਪੜੇ ਦਾ ਵਿਸ਼ਵਾਸ ਤੁਸੀਂ ਦੁਕਾਨ 'ਤੇ ਆ ਕੇ ਦੇਖ ਕੇ ਕਰ ਸਕਦੇ ਹੋ, ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹਦੀ ਤਾਰੀਫ ਕਰ ਸਕਦਾ, ਜੇ ਤੁਸੀਂ ਮੇਰੇ 'ਤੇ ਟਰੱਸਟ ਕਰਦੇ ਹੋ, ਜੋ ਕਿ ਕਰਦੇ ਆ 99% ਲੋਕ, ਉਹ ਮੰਨਣਗੇ ਕਿ ਪਿਓਰ ਮਡਾਲ ਮਸਲਿਨ ਹੈ। ਫੋਇਲ ਫੋਇਲ ਦਾ ਵੀ ਕੰਮ ਹੈ ਸਾਥ ਮੇਂ, ਗਲੇ ਦੇ ਵਰਕ ਆਊਗਾ, ਪ੍ਰਿੰਟਡ ਦੇ ਵਿੱਚ ਨਾਲ ਆਏਗੀ ਦੀ ਬੋਟਮ, ਨਾਲ ਦੁਪੱਟਾ ਵੀ ਪ੍ਰਿੰਟਡ ਦੇ ਵਿੱਚ, ਇਹ ਬੋਟਮ ਆ ਗਈ। ਇਹ ਆਰਟੀਕਲ 'ਚ ਤੁਸੀਂ 400 ਰੁਪਏ ਪੀਸ ਮਾਰਜਨ ਵੀ ਕੱਢ ਸਕਦੇ ਹੋ, 895 ਵੇਚੋ, 995 ਵੇਚੋ, ਤੁਹਾਡੇ ਉੱਤੇ ਹੈ, 750 ਵੇਚੋ, ਜਿਵੇਂ ਤੁਸੀਂ ਇੱਛਾ ਜਾਓ ਉਹ ਵੇਚ ਸਕਦੇ ਹੋ। ਮਸਲਿਨ ਹੈ ਪਿਓਰ, ਪਿਓਰ ਮਸਲਿਨ ਹੈ। ਕਲਰ ਤੁਹਾਨੂੰ ਵਿੱਚ ਮਿਲਣਗੇ ਦੋ, ਇੱਕ ਬਲੈਕ, ਇੱਕ ਨਾਲ ਚੈਬੀਜਾ ਕਲਰ। ਅਗਲਾ ਡਿਜ਼ਾਈਨ ਖੋਲੋ ਜੀ, ਬੀ ਸ਼ੇਪ ਗਲੇ 'ਚ ਇਹਦਾ ਜੀ, ਆਹ ਵੀ ਡਿਜ਼ਾਈਨ ਦਿਖਾਓ ਜੀ, ਖੋਲੋ ਖੋਲੋ। ਰੇਂਜ ਦੇਖਿਓ ਕੀ ਹੈ, ਇੰਨੀ ਸਸਤੀ ਰੇਂਜ ਕਿ ਤੁਸੀਂ ਆਪ ਹੈਰਾਨ ਹੋ ਜਾਓਗੇ। 699 ਰੁਪਏ ਦਾ ਹੋਲਸੇਲ ਰੇਟ ਹੈ, ਹੋਲਸੇਲ ਰੇਟ ਸੂਰਤ ਦਾ 699 ਦਾ ਕਿਸੇ 698 ਵੀ ਦੇਤਾ ਅਤੇ ਜੋ ਕਹਿਣਾ ਦੇਣਾ ਜੀ, ਕੁਆਂਟਿਟੀ 'ਚ ਮਾਲ ਲਿੱਤਾ ਹੋਇਆ ਤਾਂ ਕਰਕੇ ਤੁਹਾਨੂੰ ਇਹੋ ਜਿਹਾ ਰੇਟ ਲਗਾ ਕੇ ਦਾਂਗਾ ਮੈਂ। ਪਿਓਰ ਮਡਾਲ ਮਸਲੀ ਦੇ ਉੱਤੇ ਕਿੰਨੀ ਸੋਹਣੀ ਦੇਖੋ ਗਲੇ 'ਤੇ ਕਢਾਈ, ਲੈਂਥਾਂ ਪੂਰੀਆਂ, ਬੋਟਮ ਦੀ ਕੱਟ ਪੂਰੀ, ਇੱਕ ਵਾਰ ਤੁਸੀਂ ਮਾਲ ਲੈ ਜਾਓਗੇ ਸਾਰੇ ਸੀਜ਼ਨ ਆਹ ਵਾਲਾ ਮਾਲ ਵੇਚੋਗੇ। ਕਰੋਸ਼ਟ ਮਸਲੀ ਦਾ ਦੁਪੱਟਾ ਵਿਦ ਫੋਰ ਸਾਈਡ ਪੋਮ ਪੋਮ ਲਟਕਣ ਲਟਕਣ, ਚਾਰ ਕਲਰ, ਚਾਰੇ ਕਲਰ ਬੜੇ ਪਿਆਰੇ। ਕਿਹੜੇ ਕਿਹੜੇ ਕਲਰ ਹੈ ਇਹ, ਬੜੇ ਠੰਡੇ ਜਿਹੇ ਕਲਰ ਨੇ, ਬੇਬੀ ਪਿੰਕ, ਬੂ ਅਫਜ਼ਾ ਕਲਰ ਆ ਗਿਆ, ਮੈਂਗੋ ਕਲਰ ਆ ਗਿਆ, ਗਰੇ ਕਲਰ ਆ ਗਿਆ, ਇੱਕ ਆਈਸਕ੍ਰੀਮ ਕਲਰ ਆ ਗਿਆ। ਅਗਲਾ ਡਿਜ਼ਾਈਨ ਖੋਲ ਵੀ ਖੋਲਣ ਵਾਸਤੇ ਪਿਆ ਸੀ, ਖੋਲੋ ਜੀ ਫਿਰ, ਇੱਕ ਡਿਜ਼ਾਈਨ ਤੁਹਾਨੂੰ ਇਹ ਹੋਰ ਖੋਲ ਕੇ ਦਿਖਾਉਣਾ ਜੀ, ਜੈਪੁਰ ਦੇ ਉੱਤੇ ਕਨਸੈਪਟ, ਇਹਨਾਂ 'ਚ ਨਾ ਪੈਸੇ ਕਮਾਏ ਅਤੇ ਤੁਸੀਂ ਸਮਝੋ ਕੋਈ ਫਾਇਦਾ ਨਹੀਂ ਜੀ। ਫਿਰ ਹੁਣ ਰੇਂਜ ਤੁਹਾਨੂੰ ਮੈਂ ਆਰਟੀਕਲ ਹੀ ਦੱਸਾਂਗਾ, ਮੈਂ ਤੁਹਾਨੂੰ ਆਰਟੀਕਲ ਲਗਾ ਕੇ ਦੂੰਗਾ 495 ਰੁਪਏ ਦੇ ਵਿੱਚ ਜੀ। ਓਕੇ,
495 ਦੇਖੋ 650 ਰੁਪਏ ਦਾ ਹੋਲਸੇਲ ਰੇਟ ਹੈ ਨਾ, ਬੜੇ ਆਰਾਮ ਨਾਲ 699 650 ਹੀ ਪੀਸ ਦੀ ਐਕਸ ਮਿਲ ਹੈ, 699 ਹੀ ਤੁਹਾਨੂੰ ਸਭ ਪਾਸੇ ਮਿਲੇਗਾ। ਮੈਂ ਤੁਹਾਨੂੰ ਆਰਟੀਕਲ ਅੱਜ ਦੇ ਟ੍ਰੈਂਡ ਦੀ ਆਈਟਮ, ਅੱਜ ਦੇ ਸੀਜ਼ਨ ਦੀ ਆਈਟਮ ਲਗਾ ਕੇ ਦੂੰਗਾ 495 ਰੁਪਏ ਦੇ ਵਿੱਚ ਜੀ। ਜੀ ਚੱਲੀ ਜੀ ਨੈਕਸਟ ਆਰਟੀਕਲ ਵੱਲ। ਨੈਕਸਟ ਆਰਟੀਕਲ ਹੁਣ ਆਪਾਂ ਜਿਹੜਾ ਤੁਹਾਨੂੰ ਦਿਖਾਵਾਂਗੇ ਆਹ ਵਾਲਾ ਲਿਓ, ਉਹ ਵਾਲਾ ਉਹ ਹਾਂਜੀ ਨਹੀਂ ਆਹ ਵਾਈਟ ਹੀ ਦਿਖਾ ਦਿਓ ਮੈਨੂੰ। ਹਾਂ ਬਿਪਸਨ ਫੇਰ ਆ ਗਿਆ ਜੀ, ਬਿਪਸਨ ਬਿਪਸਨ ਦਿਖਾਓ ਵੀ ਖੋਲ ਕੇ। ਲਖਨਵੀ ਸੂਟ ਆਊਗਾ, ਬੜਾ ਹੀ ਪਿਆਰਾ, ਖੋਲ ਦਿਓ ਪੀਸ। ਲਾਈਨਿੰਗ ਪੀਸ ਦੀ ਨਾਲ ਹੈ, ਬੋਟਮ ਨਾਲ ਕੰਟਰਾਸਟ ਹੈ। ਓਕੇ ਇਹ ਦੇਖਿਓ, ਹੈਂਡ ਪੇਂਟ ਦਾ ਕੰਮ, ਹੈਂਡ ਪੇਂਟ ਕੇ ਸਾਥ ਜ਼ਰੀ ਕਾ ਕੰਮ ਸਾਰਾ। ਜ਼ਰੀ ਜ਼ਰੀ ਵੀ ਉਹ ਨਹੀਂ ਗੀ ਚੁਬਣ ਵਾਲੀ, ਮਤਲਬ ਪਿਕਣ ਬੈਗ ਦਿਖਾਓ, ਇਹ ਡਿਊ ਡਰੋਪ ਕਹਿੰਦੇ ਨੂੰ ਜੀ, ਜ਼ਰੀ ਨਹੀਂ ਤਾਂ ਚੁਬੇਗੀ ਨਾ। ਹਾਂ ਇਹ ਡਿਊ ਡਰੋਪ ਕਹਿੰਦੇ, ਜਿੰਨਾ ਮਰਜ਼ੀ ਥਾਪੀਆਂ ਮਾਰੇ ਤਾਂ ਸੂਟ ਨੂੰ ਕੁਛ ਨਹੀਂ ਹੋਊਗਾ। ਬੋਟਮ ਦਾ ਕੱਪੜਾ ਬੜਾ ਫਾਈਨ, ਲਾਈਨਿੰਗ ਦਾ ਕੱਪੜਾ ਬੜਾ ਫਾਈਨ, ਅਲੱਗ ਅਲੱਗ ਕੱਪੜਾ ਦੋਨਾਂ ਦਿੱਤਾ ਹੋਇਆ, ਪਿਓਰ ਦੇ ਨਾਲ ਦੁਪੱਟਾ, ਕਿੰਨੀ ਸੋਹਣੀ ਲੈਸ ਲੱਗੀ ਹੋਈ ਹੈ ਜੀ ਪੀਸ ਨੂੰ। ਹਾਂਜੀ ਦੇਖੋ ਕਿੰਨਾ ਪਿਆਰਾ ਪੀਸ, ਕਲਰ ਦਿਖਾਓ ਇਹਦੇ ਵਿੱਚ, ਕਲਰ ਇੱਕ ਆਏਗਾ, ਬੋਟਮ ਦਾ ਕਲਰ ਦਿਖਾ ਦਿੱਤਾ ਆਪਕੋ, ਗ੍ਰੀਨ ਨਾਲ ਕੰਟਰਾਸਟ, ਲੈਮਨ ਨਾਲ ਕੰਟਰਾਸਟ, ਅਤੇ ਨਾਲ ਸੀ ਗ੍ਰੀਨ ਨਾਲ ਕੰਟਰਾਸਟ, ਇੱਕ ਪਿੰਕ ਨਾਲ ਕੰਟਰਾਸਟ। 995 ਦਾ ਸੇਲ ਹੁੰਦਾ ਜੀ ਪੀਸ, ਮੈਂ ਤੁਹਾਨੂੰ ਲਗਾ ਕੇ ਦੂੰਗਾ 625 ਰੁਪਏ ਵਿੱਚ ਜੀ। 625 625 ਰੁਪਏ, ਔਰ ਬਿਪਸਨ ਦਾ ਆਰਟੀਕਲ, ਵਾਕਈ ਬਹੁਤ ਹੀ ਖੂਬਸੂਰਤ ਸਾ ਪੀਸ, ਵਾਕਈ ਕੰਮ। ਹੁਣ ਆਪਾਂ ਚੱਲਦੇ ਹਾਂ ਜੀ ਥੋੜ੍ਹੀ ਜਿਹੀ ਘੱਟ ਰੇਂਜ ਨੂੰ, ਹਾਂਜੀ ਥੋੜ੍ਹੀ ਜਿਹੀ ਰੇਂਜ ਘਟਾਉਂਦੇ ਹਾਂ ਇਹਦੇ ਵਿੱਚ, ਫਿਰ ਆਪਾਂ ਇੱਕ ਧਮਾਕਾ ਹੋਰ ਕਰਾਂਗੇ ਆਪਾਂ ਰੇਂਜ ਵਾਲਾ। ਆਹ ਖੋਲੋ ਲਿਆਓ ਤੋਂ ਪਹਿਲਾਂ, ਹਾਂ ਲਾਕੋਜੀ ਦਾ ਸੂਟ, ਧਾਗੇ ਦਾ ਕੰਮ, ਲਾਕੋਜੀ ਕੋਟਨ ਦਾ ਸੂਟ, ਧਾਗੇ ਦਾ ਕੰਮ, ਕੰਟਰਾਸਟ ਨਾਲ ਕਢਾਈ ਵਾਲਾ ਦੁਪੱਟਾ, ਕੰਟਰਾਸਟ ਨਾਲ ਕਢਾਈ ਵਾਲਾ ਦੁਪੱਟਾ, ਕੀ ਬਾਤ ਹੈ। ਕਲਰ ਦਿਖਾਓ ਜੀ ਇਹਦੇ ਵਿੱਚ, ਬੇਬੀ ਪਿੰਕ ਕਲਰ, ਗ੍ਰੀਨ ਕਲਰ, ਬਲੈਕ ਕਲਰ, ਸੋਰੀ ਦਿਮਾਗ ਹੀ ਖਰਾਬ ਹੋਇਆ ਪਿਆ, ਮਜੰਟਾ ਕਲਰ, ਮਹਿੰਦੀ ਕਲਰ, ਬਲੈਕ ਕਲਰ, ਕਿਸੇ ਹੋਰ ਦੇ ਕਲਰ ਚਾਰਟ ਬੋਲਣ ਲੱਗਿਆ, ਸਾਹਮਣੇ ਪਏ ਨਾ ਬੇਬੀ ਪਿੰਕ ਕਲਰ ਅਤੇ ਦੂਜੇ ਮੈਂ ਉਹਨਾਂ ਦੇ ਬੋਲਣ ਲੱਗਿਆ, ਮਜੰਟਾ ਕਲਰ, ਮਹਿੰਦੀ ਕਲਰ, ਬਲੈਕ ਕਲਰ ਅਤੇ ਨਾਲ ਵਾਈਨ ਕਲਰ, ਨਾਲ ਕੈਮਰਾ ਤੁਹਾਡੇ ਵੱਲ ਕਰ ਲਵਾਂਗਾ, ਮੈਂ ਸ਼ਾਇਦ ਸੂਰਤ ਵਾਲਿਆਂ ਦੇ ਕੱਪੜੇ ਦੇ ਨਾਮ ਬਦਲ ਦਿੱਤੇ, ਨਹੀਂ ਨਹੀਂ ਕਲਰ ਦੇ ਨੰਬਰ, 6 ਕਲਰ ਦਾ ਚਾਰਟ ਆ ਗਿਆ ਜੀ, ਰੇਟ ਵੀ ਬੜਾ ਬਦਲਿਆ ਜਿਹਾ ਆਇਆ, 350 ਰੁਪਏ ਦੇ ਵਿੱਚ, ਸਿਰਫ ਅਤੇ ਸਿਰਫ 350 ਰੁਪਏ, ਉਹ ਵੀ ਖੋਲ ਲਓ ਹੁਣ, 350 ਓਨਲੀ ਜੀ। ਹੁਣ ਉਹ ਜਿਹੜਾ ਮੈਂ ਬੋਲਿਆ ਸੀ ਨਾ ਬੇਬੀ ਪਿੰਕ ਕਲਰ, ਗ੍ਰੀਨ ਕਲਰ, ਆਹ ਖੋਲ ਲਓ, ਲਓ ਜੀ ਸਭ ਤੋਂ ਪਹਿਲਾਂ ਬੇਬੀ ਪਿੰਕ, ਉਹੀ ਖੋਲਦੇ ਹਾਂ ਆਪਾਂ, ਬੇਬੀ ਪਿੰਕ ਖੋਲੋ, ਉਵੇਂ ਸੀਰੀਅਲ ਵਾਈਜ਼ ਖੋਲੋ, ਬੇਬੀ ਪਿੰਕ ਕਲਰ ਖੋਲੋ, ਖੂਬਸੂਰਤ ਸੀ ਕਢਾਈ ਗਲੇ ਪੇ, ਇਹ ਦੇਖੀਏ, ਉਸਕੇ ਬਾਅਦ ਪੂਰੇ ਫਰੰਟ ਫਰੰਟ ਦੇ ਉੱਤੇ ਕਢਾਈ ਕੀਤੀ ਹੋਈ ਹੈ, ਔਰ ਇਹ ਕਢਾਈ ਆ ਗਈ, ਇਹ ਆ ਗਿਆ ਜਿਸਕਾ ਘੇਰਾ ਸਾਥ ਮੇਂ ਲੈਸ, ਔਰ ਹੁਣ ਇਹਦੇ ਕਲਰ ਦੇਖੋ, ਬੇਬੀ ਪਿੰਕ ਕਲਰ ਆ ਗਿਆ, ਗ੍ਰੀਨ ਕਲਰ ਆ ਗਿਆ, ਗ੍ਰੇ ਕਲਰ ਆ ਗਿਆ, ਲਵੈਂਡਰ ਕਲਰ ਆ ਗਿਆ, ਰੇਟ ਉਹੀ ਕਿੰਨਾ 350 ਰੁਪਏ ਦੇ। ਹੁਣ ਆਪਾਂ ਥੋੜ੍ਹਾ ਜਿਹਾ ਉੱਚੀ ਰੇਂਜ ਨੂੰ ਜਾਂਦੇ ਹਾਂ, ਲਿਆਓ ਪੀਸ, ਦਿੱਲੀ ਦੇ ਆਈਟਮਾਂ, ਫੈਂਸੀ ਆਈਟਮਾਂ, ਬਹੁਤ ਸੋਹਣੀ ਚੀਜ਼ ਹੈ, ਖੋਲੋ ਪੀਸ, ਪਿਓਰ ਸ਼ਿਮਰ ਦਾ ਸੂਟ ਆਏਗਾ ਜੀ, 3-4 ਕਨਸੈਪਟ ਤੁਹਾਨੂੰ ਇਹਦੇ ਵਿੱਚ ਖੋਲ੍ਹ ਕੇ ਦਿਖਾਊਂਗਾ, ਹੋਰ ਕਨਸੈਪਟ ਲੈਣ ਵਾਸਤੇ ਕਰੋ ਸ਼ੋਪ 'ਤੇ ਵਿਜ਼ਿਟ। ਸ਼ਿਮਰ ਦਾ ਸੂਟ ਗਲੇ 'ਤੇ ਹੈਂਡਵਰਕ ਨਾਲ ਪੱਲੇ 'ਤੇ ਹੈਂਡਵਰਕ,
ਖੋਲ ਦਿਓ ਪੀਸ। ਗਲੇ 'ਤੇ ਵਰਕ, ਨਾਲ ਪੱਲੇ 'ਤੇ ਵਰਕ, ਨਾਲ ਪਿਓ ਦਾ ਦੁਪੱਟਾ, ਦੁਪੱਟਾ ਦਿਖਾਓ ਜੀ ਕਿੰਨਾ ਸੋਹਣਾ, ਦੇਖੋ ਜੀ ਪੀਸ ਦਾ ਦੁਪੱਟਾ ਕਲਰ ਦਿਖਾਓ ਜੀ, ਕਲਰ ਗ੍ਰੀਨ, ਬੜੇ ਸੋਹਣੇ ਕਲਰ ਨੇ, ਇੰਗਲਿਸ਼ ਦੇ ਕਲਰ ਨੇ, ਕਈ ਵਿਸ਼ ਕਲਰ ਇਹੋ ਜਿਹੇ ਜਿਹਦਾ ਨਾਮ ਵੀ ਨਹੀਂ ਪਤਾ। ਅਗਲਾ ਖੋਲੋ ਜੀ ਪੀਸ, ਜੋ ਪ੍ਰਾਈਸ ਰੇਂਜ ਹੈ ਸਿਰਫ ਅਤੇ ਸਿਰਫ ਕੱਦ ਤੋਂ ਲੈ ਕੇ ਕੱਦ ਤੱਕ 15 ਤੱਕ, ਸਟਾਰਟ ਕਿੱਥੋਂ, ਸਟਾਰਟ ਇੱਕ ਤੋਂ, ਇੱਕ ਤਾਂ ਲੰਘ ਗਈ, ਉਹ ਹੀ ਗਲਤ ਬੋਲੇ, 5 ਤੋਂ ਲੈ ਕੇ 15 ਤੱਕ ਜੀ, ਇੱਕ ਤਾਂ ਲੰਘ ਗਈ 5 ਤੋਂ ਲੈ ਕੇ 15 ਤੱਕ, ਤੇ 5 ਤਰੀਕ ਸਵੇਰੇ ਸਵੇਰੇ ਤੁਹਾਡੇ ਮੋਬਾਈਲਾਂ ਤੇ ਵੀਡੀਓ ਆ ਜਾਣੀ ਹੈ 9 ਵਜੇ, ਤੇ ਕੂਪਨ ਵਾਲੀ ਸਕੀਮ ਵੀ ਲੱਗੀ ਹੋਈ ਹੈ 10 ਤੱਕ ਹੈ, 10 ਨੂੰ ਲੱਕੀ ਡਰਾਅ ਕਰਨਾ, 10 ਲਾਸਟ ਡੇਟ ਹੋਊਗਾ ਕੂਪਨ ਦਾ ਜੀ। ਆਹ ਦੇਖੋ ਪਿਓਰ ਕਰੇਫ ਦੇ ਉੱਤੇ ਕਿੰਨਾ ਸੋਹਣਾ ਗਲੇ ਦੇ ਵਰਕ, ਨਾਲ ਪੱਲੇ ਦੇ ਵਰਕ, ਪੱਲੇ ਦੇ ਨਾਲ ਕੱਟ ਵਰਕ, ਪਿਓਰ ਦੇ ਨਾਲ ਦੁਪੱਟਾ, ਕਲਰ ਦਿਖਾਓ ਜੀ ਇਹਦੇ ਵਿੱਚ, ਕਲਰ ਤੁਹਾਨੂੰ ਮਿਲੇਗਾ ਇੱਕ ਯੈਲੋ, ਇੱਕ ਗ੍ਰੀਨ, ਇੱਕ ਪਿਓਰ ਕਰਵਾ ਚੌਥ ਰੈੱਡ, ਅਤੇ ਨਾਲ ਇੱਕ ਸਪੈਸ਼ਲ ਬਲੈਕ। ਅਗਲਾ ਡਿਜ਼ਾਈਨ ਖੋਲੋ, ਬਹੁਤ ਖੁਸ਼ ਹੈ, ਪ੍ਰਾਈਜ਼ ਰੇਂਜ ਦੱਸਦਾ, ਖੁਸ਼ ਹੋਵੇ ਤਾਂ ਹੀ ਰੇਟ ਨੂੰ ਪਤਾ ਮੈਂ ਕੀ ਦੱਸਣਾ। ਸੁਮਿਤਰਾ ਜੋ ਮੁਸਕੁਰਾ ਰਹੇ ਹੋ, ਕੌਣ ਸਾ ਰਾਜ ਹੈ ਜੋ ਛੁਪਾ ਰਹੇ ਹੋ। ਆਹ ਦੇਖੋ ਜੀ, ਆਹ ਵੀ ਡਿਜ਼ਾਈਨ ਬੜਾ ਪਿਆਰਾ ਜੀ, ਚਿੜੀਆਂ ਸਵੈਨ 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 ਹੈ, ਕੋਈ ਗੱਲ ਨਹੀਂ, ਆਪਾਂ ਇੱਕ ਕੌਨਫਰੈਂਸ ਰੱਖ ਲਾਂਗੇ ਇਸ ਚੀਜ਼ ਦੇ ਉੱਤੇ, ਬੜਾ ਆਪਣੇ ਦੇਸ਼ ਦਾ ਗਹਿਰਾ ਮੁੱਦਾ ਹੈ ਕਿ ਬੱਤਖ ਹੈ ਕਿ ਸਵੈਨ ਹੈ, ਹੈ ਨਾ, ਜਾਂ ਕੀ ਤੂੰ ਕੀ ਬੋਲੇ, ਬੱਤਖ, ਹਾਂ ਬੱਤਖ ਹੈ ਕਿ ਸਵੈਨ, ਆਪਾਂ ਇੱਥੇ ਰੱਖਾਂਗੇ ਕਮੇਟੀ, ਪੰਛੀ ਹੈ ਪੰਛੀ, ਪਰ ਇਸ ਵੇਲੇ ਮੇਰੇ ਅਕੋਰਡਿੰਗ ਇਹ ਸਵੈਨ ਹੀ ਹੈ, ਪੰਛੀ ਹੈ ਭਾਜੀ, ਸ਼ਾਬਾਸ਼, ਇੱਥੇ ਇਹਨੂੰ ਟੋਪਿਕ ਨੂੰ ਇੱਥੇ ਐਂਡ ਕਰੋ, ਇਹਨੂੰ ਇੱਥੇ ਐਂਡ ਕਰੋ ਟੋਪਿਕ ਨੂੰ, ਕਿਉਂਕਿ ਇਹਨੇ ਪਤਾ ਨਹੀਂ ਕਿਹੜੀ ਬਿਨਾਂ ਪਰ ਵਾਲਾ ਪੰਛੀ ਦੇਖ ਲਿਆ, ਹਾਂ ਹੈ ਨਹੀਂ, ਕੋਈ ਗੱਲ ਨਹੀਂ, ਹੁਣ ਦੇਖ ਤੇਰੇ ਵਿੱਚ ਦਿਮਾਗ ਹੀ ਤੂੰ ਵੀ ਤਾਂ ਚੱਲਦਾ ਪਿਆ ਨਾ। ਆਹ ਦੇਖੋ ਕਿੰਨਾ ਸੋਹਣਾ ਵਿਸਕੋਸ ਔਰਗੈਂਜ਼ਾ ਦਾ ਸੂਟ, ਗਲੇ ਦੇ ਕਢਾਈ ਨਾਲ, ਪੱਲੇ ਦੇ ਕਢਾਈ ਨਾਲ, ਪਿਓਰ ਦਾ ਹੈਂਡ ਪੇਂਟ ਦਾ ਦੁਪੱਟਾ, ਕਲਰ ਦਿਖਾਓ ਜੀ ਇਹਦੇ ਵਿੱਚ ਵੀ, ਕਲਰ ਵੀ ਬੜੇ ਪਿਆਰੇ ਨੇ, ਰੇਂਜ ਵੀ ਬੜੀ ਮਿੱਠੀ ਜੀ ਤੁਹਾਨੂੰ ਲਗਾ ਕੇ ਦੂੰਗਾ, 795 ਰੁਪਏ ਦੇ ਵਿੱਚ, ਇਹਦੇ ਵਿੱਚ ਵੀ ਤੁਸੀਂ ਬੜੇ ਆਰਾਮ ਨਾਲ 500-600 ਰੁਪਏ ਮਾਰਜਨ ਆਪਣੇ ਸਹੂਲਤ ਦੇ ਹਿਸਾਬ ਨਾਲ ਕੱਢ ਸਕਦੇ ਹੋ ਜੀ, 795 ਰੁਪਏ ਦੇ ਵਿੱਚ, 795 ਓਨਲੀ। ਅਗਲਾ ਚਲੋ ਖੋਲ ਲਓ ਫਿਰ, ਬਲੈਕ ਐਂਡ ਵਾਈਟ, ਇਹ ਵੀ 795 ਜੀ, ਓਕੇ, ਪਿਓਰ ਕਰੇਪ ਉੱਤੇ ਕੀ ਔਰਗੈਂਜ਼ਾ, ਪਿਓਰ ਕਰੇਪ ਵਾਲਾ ਪਹਿਲਾਂ ਡਿਜ਼ਾਈਨ ਖੋਲਤਾ, ਪਿਓਰ ਔਰਗੈਂਜ਼ਾ ਦੇ ਉੱਤੇ ਕੰਟਰਾਸਟ ਦੁਪੱਟੇ ਦੇ ਨਾਲ, ਕਿਆ ਬਾਤ ਹੈ, ਰੇਂਜ ਜੋ ਦੱਸੀ ਤੁਹਾਨੂੰ 795 ਦੇ ਵਿੱਚ, ਵਰਕ ਕੀ ਕੁਆਲਿਟੀ ਦੇਖੀਏ, ਗਲੇ ਪੇ ਵਰਕ ਦਿਖਾ ਰਹਾ ਹੂੰ, ਦੇਖੀਏ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂਗਾ ਜੀ, ਔਰ ਇਹ ਪੈਨਲ ਕਾ ਕਾਮ ਸਾਰਾ ਦੇਖ ਸਕਤੇ ਹੈ, ਔਰ ਦੁਪੱਟਾ ਆ ਗਿਆ ਇਸਕਾ ਵਾਈਟ ਵਰਕ ਵਾਲਾ, ਵਰਕ ਵਾਲਾ, ਕਲਰ ਵਿੱਚ ਤੁਹਾਨੂੰ ਮਿਲਣਗੇ 2, ਇੱਕ ਬਲੈਕ ਤੇ ਨਾਲ ਇੱਕ ਵਾਈਟ, ਬਲੈਕ ਨਾਲ ਵਾਈਟ ਦੁਪੱਟਾ ਹੋ ਗਿਆ, ਵਾਈਟ ਨਾਲ ਬਲੈਕ ਦੁਪੱਟਾ ਹੋ ਗਿਆ, ਤੋ ਵੀਰ ਦੋਨੋਂ ਖਰੀਦ ਲਓ, 2-3 ਸੂਟ ਬਣ ਜਾਣਗੇ, 4 ਆਰਾਮ ਸੇ, ਬੜੇ ਆਰਾਮ ਨਾਲ, ਕਦੀ ਕੰਟਰਾਸਟ ਵਾਲੇ ਕਦੀ ਆਲ ਵਾਲੇ, ਹਾਂ ਵਾਈਟ, ਠੀਕ ਹੈ ਜੀ, ਚੱਲੀਏ ਨੈਕਸਟ ਆਰਟੀਕਲ ਵੱਲ ਜੀ, ਨੈਕਸਟ ਆਰਟੀਕਲ ਨੂੰ ਤੁਹਾਨੂੰ ਜਿਹੜਾ ਦਿਖਾਵਾਂਗੇ ਲਿਆਓ, ਬੜਾ ਸੋਹਣਾ ਕੰਮ ਹੈ ਨਾ ਹੀ, ਬੜਾ ਸੋਹਣਾ ਇਹ ਆਈਟਮ ਜਿਹੜੀ ਤੁਹਾਨੂੰ ਦਿਖਾ ਰਹੇ ਤੁਸੀਂ, ਇਹ ਸਮਝੋ ਹਰਿਆਣਾ ਸਪੈਸ਼ਲ ਹੈ, ਐਵੇਂ ਦੀ ਆਈਟਮ ਅਸੀਂ ਪਾਉਂਦੇ ਨਾ, ਹਰਿਆਣੇ ਵਾਲੇ ਕਸਟਮਰ ਦਾ ਬਹੁਤ ਰਿਸਪੋਂਸ ਆਉਂਦਾ, 2-2, 3-3, 4-4 10-10 ਸੈੱਟ ਲੈ ਜਾਂਦੇ ਨੇ, ਇੰਨੀ ਸੋਹਣੀ ਆਈਟਮ ਦਾ ਰਿਸਪੋਂਸ ਆਉਂਦਾ ਜੀ। ਹੁਣ ਇਹਦਾ ਨਾਮ ਕੀ ਹੈ, ਡ੍ਰੀਮ ਗਰਲ, ਡ੍ਰੀਮ, ਇਹ ਆਈਟਮ ਜਿਹੜੀ ਹੈ ਸ਼ਾਇਰ ਕੀ ਗਜ਼ਲ, ਡ੍ਰੀਮ ਗਰਲ, ਹੂ ਇਜ਼ ਡ੍ਰੀਮ ਗਰਲ ਆਫ ਇੰਡੀਆ, ਹੈ ਨਾ, ਐਂ ਕਹਿੰਦੇ ਨੇ, ਨਹੀਂ ਨਹੀਂ ਭਾਜੀ ਤੁਸੀਂ ਜ਼ਿਆਦਾ ਅੱਗੇ ਲੈ ਜਾਓ, ਪਹਿਲਾਂ ਕਹਿੰਦੇ ਸੀਗੇ
ਜੀਕੇ ਦਾ ਕੁਛ ਲਿਆਓ ਦਿਖਾਓ ਵੀ। ਜਿਹੜੀ ਡਰੀਮ ਗਰਲ ਫਿਲਮ ਆਈ ਸੀ ਉਹਦੇ ਵਿੱਚ ਹੇਮਾ ਮਾਲਿਨੀ ਨੇ ਕੀਤਾ ਸੀਗਾ ਪਲੇ, ਤਾਂ ਕਰਕੇ ਡਰੀਮ ਗਰਲ ਦਾ ਟਾਈਟਲ ਮਿਲ ਗਿਆ ਸੀ, ਟਾਈਟਲ ਡਰੀਮ ਗਰਲ ਦਾ ਮਿਲ ਗਿਆ ਜੀ। ਹੁਣ ਆਹ ਜਿਹੜਾ ਆਰਟੀਕਲ ਹੈ ਦੇਖੋ ਕਿੰਨਾ ਪਿਆਰਾ, ਕਿੰਨਾ ਸੋਹਣਾ, ਦੇਖੋ ਬਲੌਕ ਦਾ ਦੁਪੱਟਾ, ਇਹਦਾ ਵੀ ਆਰਟੀਕਲ ਤੁਹਾਨੂੰ ਰੇਟ ਦੱਸ ਦਿੰਦੇ ਹਾਂ। ਇਹ ਤੁਹਾਨੂੰ ਆਰਟੀਕਲ ਲਗਾ ਕੇ ਦਊਂਗੇ 385 ਰੁਪਏ ਵਿੱਚ ਜੀ। 385 ਕੀ ਰੇਂਜ ਮੇਂ ਡ੍ਰੀਮ ਗਰਲ ਜੀ ਦਾ ਕੱਪੜਾ, ਬਹੁਤ ਸੋਹਣਾ ਆਰਟੀਕਲ 385 ਰੁਪਏ ਵਿੱਚ ਜੀ, ਬੜਾ ਸੋਹਣਾ ਦੁਪੱਟਾ ਤੇ ਬਹੁਤ ਹੀ ਸੋਹਣਾ ਸੂਟ, ਰੇਂਜ ਫੇਰ ਦੱਸ ਰਿਹਾ 385। ਹੁਣ ਆਪਾਂ ਆ ਗਏ ਜੀ ਵੀਡੀਓ ਦੇ ਲਾਸਟ ਬਟ ਨੋਟ ਦ ਲੀਸਟ ਆਰਟੀਕਲ ਵੱਲ, ਕੋਈ ਨਾ ਇੱਦਾਂ ਲਾ ਕੇ ਦਿਖਾ ਦਿਓ, ਆਪਾਂ ਇੱਕ ਦੱਸ ਦਿੰਦੇ ਕਿ ਮਾਲ ਵਾਪਸ ਰੀ ਸਟਾਕ ਹੋ ਗਿਆ, ਪਿਛਲੇ ਖਤਮ ਹੋ ਗਿਆ ਸੀਗਾ, ਇੱਦਾਂ ਹੀ ਲਾ ਦਿਓ ਸਾਹਮਣੇ। ਪਿਛਲੀ ਵੀਡੀਓ 'ਚ ਖੋਲਿਆ ਸੀਗਾ ਆਲ ਓਵਰ ਸੂਟ ਨਾਲ ਦੁਪੱਟਾ ਕਢਾਈ ਵਾਲਾ, ਕੰਟਰਾਸਟ ਦੁਪੱਟੇ ਨੇ, ਲਾਈਟ ਵੀ ਨੇ, ਡਾਰਕ ਵੀ ਨੇ। ਰੇਟ ਤੁਹਾਨੂੰ ਦੱਸ ਦਿੰਦਾ ਸਿਰਫ ਅਤੇ ਸਿਰਫ 270 ਰੁਪਏ ਵਿੱਚ। ਓਕੇ, 270 ਰੁਪਏ ਵਿੱਚ ਦੇਖੋ ਕਿੰਨਾ ਸੋਹਣਾ ਆਰਟੀਕਲ, ਆਲ ਓਵਰ ਸੂਟ ਨਾਲ ਦੁਪੱਟਾ, ਇੱਕ ਪੀਸ ਚਲਵਾ ਖੋਲ ਵੀ ਦਿਓ, ਤਾਂ ਕਿ ਐਂ ਨਾ ਕਹਿਣ ਕਿ ਢੇਮਾ ਲਾਇਆ। ਢੇਮਾ ਲਾਉਣ ਵਾਲਾ ਆਪਣੇ ਕੋਲ ਕੋਈ ਕੰਮ ਨਹੀਂ, ਜਿਹੜਾ ਗਾਹਕ ਇੱਕ ਸੂਟ ਲੈਣ ਆਉਂਦਾ ਉਹਨੂੰ 10 ਸੂਟ ਦੇ ਕੇ ਭੇਜੀ ਰਿਹਾ, ਇਸ ਕਰਕੇ ਆਪਣੇ ਕੋਲ ਢੇਮਾ ਲਾਉਣ ਵਾਲਾ ਕੋਈ ਵੀ ਕੰਮ ਨਹੀਂ। ਆਲ ਓਵਰ ਸੂਟ ਇੱਦਾਂ ਹੀ ਰੱਖ ਰਿਹਾ ਕੋਈ ਨਾ, ਹਾਂ ਨਾਲ ਦੁਪੱਟਾ ਕਢਾਈ ਵਾਲਾ 370 ਰੁਪਏ ਦੇ ਵਿੱਚ। ਇਹ ਸੀਗਾ ਜੀ ਵੀਡੀਓ ਦਾ ਲਾਸਟ ਬਟ ਨੋਟ 270 ਰੁਪਏ, 370 ਬੋਲ ਗਿਆ ਮੈਂ, 270 270 ਲਿਖਿਓ ਐਡੀਟਰ ਸਾਹਿਬ, 270 ਮੈਂ 370 ਬੋਲ ਗਿਆ, 270 ਚੈੱਕ ਕਰ ਲਓ ਜੀ, ਕਾਪੀ ਚੈੱਕ ਕਰ ਲਈ, ਕਾਪੀ ਇਹ ਕਾਪੀ ਇੱਥੇ ਹੈ ਬਲੀ, 270 ਰੁਪਏ ਦੇ ਵਿੱਚ। ਇਹ ਸੀਗਾ ਜੀ ਵੀਡੀਓ ਦਾ ਲਾਸਟ ਬਟ ਨੋਟ ਦ ਲੀਸਟ ਆਰਟੀਕਲ। ਮਾਲ ਬਹੁਤ ਆਇਆ ਹੋਇਆ, ਬਹੁਤ ਵਰਾਇਟੀ ਆਈ ਹੋਈ ਹੈ, ਮੈਂ ਕਹਿੰਦਾ ਤੁਨੋ ਤੁੰਨੀ ਹੋਈ ਪਈ ਮਾਲ ਦੀ, ਇੰਨਾ ਮਾਲ ਆਇਆ ਹੋਇਆ। ਵੱਧ ਤੋਂ ਵੱਧ ਆਪਣਾ ਫਾਇਦਾ ਕਰਾਓ, ਆਉਣਾ ਕਰਨਾ ਕੀ ਪੈਣਾ, ਦੁਕਾਨ 'ਤੇ ਪਹੁੰਚਣਾ ਪੈਣਾ, ਇਸ ਕਰਕੇ ਜਲਦੀ ਤੋਂ ਜਲਦੀ ਕਰੋ ਵਿਜ਼ਿਟ। ਇਸੇ ਨਾਲ ਅਸੀਂ ਆਪਣੀ ਵੀਡੀਓ ਦਾ ਐਂਡ ਕਰਨ ਜਾ ਰਹੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।